ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ हेलो जी सावाल है कंसीडर द फॉलोइंग पैलेलोग्राम्स फाइंड द वैल्यूज ऑफ द एक्स वाई एंड जेड ऑल इटलैट सी मैं सूँ पता है कि यह जी फिगर फाइव हैगी साढ़ा एक पैरेलोग्राम है तो सू पता है अपोजिट एंगल्स ऑफ अ पैरेलोग्राम आर ऑलवेज इक्वल राइट इतों मैं कंक्लूड कर सकते हैं वाई दे अपोजिट एंगल के एक सौ बारह वाई वैल्यू इज इक्वल टू वट एक सौ बारह डिग्री राइट ए फस्ट इक्वेशन मान ली ओके यूज सानू पता है कि ये बारे कि अपोजिट आर पैरल एंड इक्वल एकवल हों राइट ਤੇ ਮੈਂ ਇੱਥੇ ਨੋਟਿਸ ਕਰ ਸਕਦਾ ਹਾਂ ਕਿ ਦਿਸ ਲਾਈਨ ਇਜ਼ ਪੈਰਲਲ ਟੂ ਦਿਸ ਲਾਈਨ ਓਕੇ ਤੇ ਮੈਂ ਮੰਨ ਲਈ ਇਹ ਵਿਚਕਾਰਲੀ ਜਿਹੜੀ ਲਾਈਨ ਆ ਇਹ ਵਾਲੀ ਜਿਹੜੀ ਮੈਂ ਮਾਰਕ ਕੀਤੀ ਆ ਸਪੋਜ਼ ਦਿਸ ਇਜ਼ ਆਰ ਟ੍ਰਾਂਸਵਰਸਲ ਲਾਈਨ ਤੇ ਮੈਂ ਇਥੋਂ ਦੀ ਕੰਪੇਅਰ ਕਰਕੇ ਕਹਿ ਸਕਦਾ ਹਾਂ ਐਂਗਲ x ਦੈਟ ਇਜ਼ ਦਿਸ ਐਂਗਲ ਇਜ਼ ਇਕੁਅਲ ਟੂ ਐਂਗਲ z ਐਂਡ ਹੋਰ ਕੀ ਕਹਿ ਸਕਦੇ ਹਾਂ ਕਿ ਦਿਸ ਇਜ਼ 40 ਡਿਗਰੀ ਦੈਨ ਦਿਸ ਇਜ਼ ਆਲਸੋ 40 ਡਿਗਰੀ ਰੀਜ਼ਨ ਬਿਕਾਜ਼ अल्टरनेट इंटीरियर एंगल्स राइट आर ऑलवेज एक की कंक्लूड कर देकिंग मरमोथरम एज वी नो इन अ पैलोग्राम एडजेंट समल इज सप्लीमेंट्री सानू ए थ्योरम भी पता है राइट पहले राउंड ਦੇ ਵਿੱਚ ਜਿਹੜੇ ਐਡਜੈਸੈਂਟ ਐਂਗਲਸ ਹੁੰਦੇ ਨੇ ਉਹਨਾਂ ਸਮ ਕਿੰਨਾ ਹੁੰਦਾ ਹੈ ਸਪਲੀਮੈਂਟਰੀ ਸਪਲੀਮੈਂਟਰੀ ਕੈਂਡ ਦਾ ਮਤਲਬ ਹੁੰਦਾ ਹੈ ਬੱਚਿਓ 180 ਡਿਗਰੀ ਜਿਵੇਂ ਇਹ ਕੰਪਲੀਟ ਜਿਹੜਾ ਐਂਗਲ ਹੈ ਗਿਆ ਦਿਸ ਵਨ ਇਹਦੇ ਸਬ ਐਡਜੈਸੈਂਟ ਕੋਣ ਹੈ ਗਿਆ ਐ ਵੀ ਇਹਦੇ ਐਡਜੈਸੈਂਟ ਹੈ ਗਿਆ ਤੇ ਦਿਸ ਇਜ਼ ਆਲਸੋ ਇਟਸ ਐਡਜੈਸੈਂਟ ਆਲਰਾਈਟ ਤੇ ਮੈਂ ਪਹਿਲਾਂ ਇਹਦੇ ਐਡਜੈਸੈਂਟ ਲੈ ਲੈਂਦਾ ਓਕੇ ਤੇ ਮੈਂ ਨੋਟਿਸ ਕਰਦਾ ਹਾਂ ਅਪਾਏ ਤੋਂ ਕੀ ਕਹਿ ਸਕਦੇ ਆ x 40° degree. x 40° ਦਿਸ ਕੰਪਲੀਟ ਐਂਗਲ ਇਜ਼ x 40° ਪਲੱਸ ਵਿੱਚ ਦੂਜਾ ਐਂਗਲ ਆ ਗਿਆ ਸਾਡਾ 112° degree. will be equal to what 180° ਸਮੇਨਾ ਦਾ ਕਿੰਨਾ ਹੋ 180° ਦੇ ਬਰਾਬਰ ਤੇ ਇੱਥੋਂ ਦੀ ਮੈਂ x ਦੀ ਵੈਲਿਊ ਕੱਢੀ ਜਿਹੜੀ ਕੀ ਹੋ ਜੂ 180° ਮਾਈਨਸ ਵਿੱਚ 40° ਤੇ ਮਾਈਨਸ ਵਿੱਚ 112° ਓਕੇ ਤੇ ਇਹਨੂੰ ਸੋਲਵ ਕੀਤਾ ਮੈਂ x ਦੀ ਵੈਲਿਊ ਕਿੰਨੀ ਆ ਜਾਂਦੀ ਆ 28 ਡਿਗਰੀ ਰਾਈਟ ਐ ਚੱਕੋ ਜੀ ਔਰ ਉੱਤੇ ਸਾਡੇ ਕੋਲ ਇੱਕ ਰਿਜ਼ਲਟ ਆਇਆ ਸੀ ਕਿ ਭਈ x ਕੀ ਦੇ ਇਕੁਅਲ ਹੈ ਗਿਆ z ਦੇ ਇਹਨੂੰ ਸਪੋਜ਼ ਜੇ ਮੈਂ ਸੈਕੰਡ ਇਕੁਏਸ਼ਨ ਨਾ ਦੇ ਦਾਂ ਤੇ ਫਰੋਮ ਸੈਕੰਡ ਇਕੁਏਸ਼ਨ ਆਈ ਕੈਨ ਕਨਕਲੂਡ ਵਨ ਮੋਰ ਥਿੰਗ ਥੈਟ ਇਜ਼ ਕਿ ਭਈ x ਇਜ਼ ਇਕੁਅਲ ਟੂ z ਹੈ ਗਿਆ ਤੇ x ਇਜ਼ ਇਕੁਅਲ ਟੂ 28 ਹੈ ਗਿਆ ਤੇ z ਵੀ ਕਿੰਨਾ ਹੋ ਜਾਊਗਾ ਤੁਹਾਡਾ 28 ਡਿਗਰੀ ਤੇ ਇਹਨਾਂ ਦੀ ਵੈਲਿਊ ਸਾਨੂੰ ਦੱਸਣੀ ਸੀ xy z ਦੀ x ਤੇ z ਦੀ ਹੋ ਜਾਊਗੀ 28 ਡਿਗਰੀ ਦੀ ਵਾਈਲ ਹੀ ਹੋ ਜੂਗੀ ਇਕੁਏਸ਼ਨ 1 ਦੇਖ ਸਕਦੇ ਆਪਾਂ 112 ਡਿਗਰੀ ਐਟੋਡਿਕ ਰਿਕੁਆਇਰਡ ਆਨਸਰ ਹੋ ਜੂ ਜਾਣਗੇ ਤੇ ਕੰਪਲੀਟ ਸੋਲੂਸ਼ਨ ਹੋ ਜੂਗਾ ਧੰਨਵਾਦ ਜੀ